ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਲੁਟੇਰਿਆਂ ਨੇ ਦੋ ਵਿਅਕਤੀਆਂ ਨੂੰ ਕੀਤਾ ਜ਼ਖਮੀ ਵੱਡੀ ਖਬਰ ਆ ਚੁੱਕਿਆ ਖਬਰ ਨਿਸ਼ਚਿਤ ਨੂੰ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਲਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂ ਜੀ 2 ਸਪਤੰਬਰ ਨੂੰ ਸਮਰਾਲਾ ਚ ਜੀ ਹਾਂ ਵੱਡੀ ਖਬਰ ਵਾਪਰੀ ਹੈ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਨੇ ਲੁਟੇਰੇ ਜੀ ਹਾਂ ਇਹ ਖਬਰ ਜੀਹਾਂ ਦੇਰਾਤ ਲੁਟੇਰਿਆਂ ਨੇ ਕਾਰ ਸਵਾਰ ਦੋ ਵਿਅਕਤੀਆਂ ਦੀ ਗੱਡੀ ਤੋਂ ਕਿਣਾ ਰੁਕਵਾ ਕੇ ਉਹਨਾਂ ਦੀਆਂ ਅੱਖਾਂ 'ਚ ਮਿਰਚਾ ਪਾਉਣ ਉਪਰੰਤ ਬੇਸਬੋਲਾ ਹਮਲਾ ਕਰਕੇ ਦੋਵਾਂ ਨੂੰ ਜ਼ਖਮੀ ਕਰ ਦਿੱਤਾ ਜੀਹਾਂ ਵੇਖਣ ਵਾਲਿਆਂ ਨੇ ਕਿਹਾ ਹੈ ਕਿ ਇਹ ਸੀਨ ਕਿਸੇ ਫਿਲਮੀ ਸੀਨ ਨਾਲੋਂ ਘੱਟ ਨਹੀਂ ਸੀ ਕਿ ਉਹ ਕੱਢਣਾ ਹੈ ਸੀਸੀਟੀਵੀ 'ਚ ਕੈਦ ਹੋ ਚੁੱਕੀ ਹੈ ਹਾਲਾਂਕਿ ਦੋਵੇਂ ਸੀਨੀਅਰ ਸਿਟੀਜ਼ਨ ਆਪਣੀ ਹੁਸ਼ਿਆਰੀ ਸਦਕਾ ਲੁੱਟ ਜਾਣ ਤੋਂ ਬਚ ਗਏ ਇਹ ਘਟਨਾ ਰਾਤ ਦੇਰ ਵੇਲੇ ਹੋਈ ਯਾ ਜਿਸ ਕਾਰਨ ਉਹ ਜ਼ਖਮੀ ਨੇ ਪਰ ਲੁੱਟੇ ਤਾਂ ਨਹੀਂ ਗਏ ਪਰ ਉਹਨਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।